ਸਤਿ ਸ਼੍ਰੀ ਅਕਾਲ ਪੰਜਾਬ ਸਟਾਰ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਕਮਲ ਰੀਤਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ ਸਪੈਸ਼ਲ ਰਿਪੋਰਟ ਦੇ ਵਿੱਚ ਅੱਜ ਗੱਲ ਕਰਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੰਮੂ ਕਸ਼ਮੀਰ ਦੇ ਆਗੂਆਂ ਦੇ ਨਾਲ ਮੀਟਿੰਗ ਦੇ ਬਾਰੇ ਔਰ ਖਾਸ ਤੌਰ ਤੇ ਇਸ ਮੀਟਿੰਗ ਦੇ ਵਿੱਚੋਂ ਇੱਕ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿਹੜੀ ਸਰਕਾਰ ਨੇ ਜੰਮੂ ਕਸ਼ਮੀਰ ਦੇ ਵਿਸ਼ੇਸ਼ ਜਿਹੜੇ ਅਧਿਕਾਰ ਨਿਯੋਖ ਹੋਏ ਤੇ ਧਾਰਾ 370 ਜਿਹੜੀ ਆ ਉੱਥੋਂ ਹਟਾਈ ਉਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਦੀ ਇੱਕ ਸਟੇਟਮੈਂਟ ਸਾਹਮਣੇ ਆਉਂਦੀ ਹੈ ਕਿ ਸਮਾਂ ਆਉਣ ਤੇ ਇਸ ਰਾਜ ਦੇ ਵਿੱਚ ਚੋਣਾਂ ਵੀ ਕਰਾਵਾਂਗੇ ਔਰ ਬੰਦੇ ਜਿਹੜੇ ਅਧਿਕਾਰ ਨੇ ਉਹ ਵੀ ਦਿੱਤੇ ਜਾਣਗੇ ਇਸ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਔਰ ਜਿਸ ਤਰ੍ਹਾਂ ਅੱਠ ਸੂਬੇ ਦਾ ਅਧਿਕਾਰ ਲਿਆ ਗਿਆ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਇੱਕ ਵਾਰ ਫਿਰ ਤੋਂ ਜਿਹੜੇ ਜੰਮੂ ਕਸ਼ਮੀਰ ਨੂੰ ਲੈ ਕੇ ਨਰਮ ਜਿਹੜਾ ਰੁਖ ਹੈ ਉਹ ਅਖਤਿਆਰ ਕਰ ਰਹੇ ਨੇ ਆਖਿਰਕਾਰ ਇਸ ਮੀਟਿੰਗ ਦੇ ਪਿੱਛੇ ਕੀ ਮਕਸਦ ਹੈ ਜਾਣਾਂਗੇ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜੈ ਸਿੰਘ ਚਿੱਪੜ ਸਰ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਕਮਲ ਜੀ ਅਸਰ ਜਿਸ ਤਰੀਕੇ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਅਨਾਉਂਸਮੈਂਟ ਕੀਤੀ ਗਈ ਸੀ ਕਿ ਜੰਮੂ ਕਸ਼ਮੀਰ ਤੋਂ ਜਿਹੜਾ ਵਿਸ਼ੇਸ਼ ਰਾਜ ਆ ਉਸ ਦਾ ਦਰਜਾ ਖੋਇਆ ਜਾਂਦਾ ਹੈ ਅਨੁਛੇਦ 370 ਜਿਹੜਾ ਉਹ ਹਟਾਇਆ ਗਿਆ ਔਰ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚ ਇਹਨੂੰ ਤਬਦੀਲ ਕੀਤਾ ਗਿਆ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਨੇ ਨਰਮ ਰੁਖ ਕਿਸ ਤਰ੍ਹਾਂ ਅਖਤਿਆਰ ਕਰ ਰਹੇ ਨੇ ਕਿਉਂਕਿ ਕੱਲ ਮੀਟਿੰਗ ਹੁੰਦੀ ਹੈ ਜੰਮੂ ਕਸ਼ਮੀਰ ਦੇ ਆਗੂਆਂ ਦੇ ਨਾਲ ਔਰ ਜਿਹੜਾ ਚੋਣਾ ਕਰਵਾਉਂਦਾ ਜ਼ਿਕਰ ਉਹਨਾਂ ਨੇ ਜੰਮੂ ਕਸ਼ਮੀਰ ਲਈ ਕੀਤਾ ਹੈ ਕਮਲ ਤੁਸੀਂ ਇੱਕ ਗੱਲ ਤਾਂ ਇਹ ਗੱਲ ਆਪਾਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾਂ ਦਾ ਅਮਿਤ ਸ਼ਾਹ ਹੋਣਾਂ ਦਾ ਖਾਸ ਕਰਕੇ ਇਹ ਦੋ ਆਗੂਆਂ ਦਾ ਪੂਰੇ ਦੇਸ਼ ਭਰ ਦੇ ਵਿੱਚ ਇੱਕ ਵਿਰੋਧ ਹੋ ਰਿਹਾ ਹੈ। ਹੂੰ ਦੋਵਾਂ ਆਗੂਆਂ ਬਾਰੇ ਇਹ ਗੱਲ ਕਹੀ ਜਾਂਦੀ ਹੈ ਕਿ ਇਹ ਕਿਸੇ ਦੀ ਗੱਲ ਨਹੀਂ ਸੁਣਦੇ। ਖਾਸ ਕਰਕੇ ਜਿਹੜੀ ਭਾਜਪਾ ਦੀ ਲੀਡਰਸ਼ਿਪ ਆ ਉਨਾ ਦੀ ਇਹ ਚਿੰਤਾ ਜਾਂ ਉਹਨਾਂ ਦਾ ਇਹ ਸਵਾਲ ਵੀ ਹੈਗਾ ਤੇ ਉਹ ਵਿਰੋਧ ਵੀ ਇਸ ਗੱਲ ਦਾ ਕਰਦੇ ਆ ਕਿ ਪ੍ਰਧਾਨ ਮੰਤਰੀ ਕਿਸੇ ਦੀ ਗੱਲ ਨਹੀਂ ਸੁਣਦੇ ਇੱਕ ਤਰ੍ਹਾਂ ਦਾ ਡਿਕਟੇਟਰਸ਼ਿਪ ਵਾਲਾ ਰਵਈਆ ਇਹਨਾਂ ਦਾ ਬਣਿਆ ਹੋਇਆ ਹੁਣ ਜਿਵੇਂ ਤੁਸੀਂ ਇਹ ਦੇਖੋ 2 ਸਾਲ ਪਹਿਲਾਂ ਜਦੋਂ ਜੰਮੂ ਤੇ ਕਸ਼ਮੀਰ ਦਾ ਉਹ ਰਾਜ ਦਾ ਜਿਹੜਾ ਰੁਤਬਾ ਉਹ ਭੰਗ ਕਰ ਦਿੱਤਾ ਗਿਆ ਤੋੜ ਦਿੱਤਾ ਗਿਆ ਉਹਨੂੰ ਜੰਮੂ ਕਸ਼ਮੀਰ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਕੇ ਜੂਨੀਅਨ ਟੈਰੀਟਰੀ ਡਿਊਟੀ ਬਣਾ ਦਿੱਤਾ ਗਿਆ ਜੰਮੂ ਕਸ਼ਮੀਰ ਤੇ ਲੇ ਲਦਾਖ ਵਾਲਾ ਏਰੀਆ ਹੈ ਨਾ ਉੱਤੇ ਬਾਅਦ ਹੁਣ ਦੁਬਾਰਾ ਉਹ ਆਗੂ ਆ ਜਿਹੜੇ ਲੰਬਾ ਸਮਾਂ ਜਿਹੜੇ ਜੰਮੂ ਕਸ਼ਮੀਰ ਨਾਲ ਸੰਬੰਧਿਤ ਤੇ ਲੰਬਾ ਸਮਾਂ ਉੱਥੇ ਪੁਲਿਸ ਕਸਟਡੀ ਜਾਂ ਪੁਲਿਸ ਹਿਰਾਸਤ ਵਿੱਚ ਰਹੇ ਘਰਾਂ ਦੇ ਵਿੱਚ ਨਜ਼ਰਬੰਦ ਰਹੇ ਉਹਨਾਂ ਆਗੂਆਂ ਨੂੰ ਜਿਹੜੀ ਭਾਜਪਾ ਦੀ ਟਾਪ ਦੀ ਲੀਡਰਸ਼ਿਪ ਜਿਹੜੇ ਇਹ ਆਗੂ ਕਦੇ ਉਹਨਾਂ ਨੂੰ ਗੈਂਗਵਾਰ ਦੱਸਦੇ ਸੀਗੇ ਵੀ ਜੰਮੂ ਕਸ਼ਮੀਰ ਦੇ ਗੈਂਗਵਾਰ ਆ ਪਤਾ ਨਹੀਂ ਕੀ ਕੀ ਉਪਾਦੀਆਂ ਦੇ ਕੇ ਉਹਨਾਂ ਨੂੰ ਨਿੰਦਦੇ ਰਹਿੰਦੇ ਤੇ ਉਹਨਾਂ ਨੂੰ ਆਲੋਚਨਾ ਕਰਦੇ ਸੀਗੇ ਜਾਂ ਇਹ ਕਹਿੰਦੇ ਸੀਗੇ ਕਿ ਜੰਮੂ ਕਸ਼ਮੀਰ ਦਾ ਜਿਹੜੇ ਹਾਲਾਤ ਮਾੜੇ ਕਿਤੇ ਹੋਇਆ ਜਾਂ ਜੋ ਜੰਮੂ ਕਸ਼ਮੀਰ ਦੀ ਬਦਤਰ ਸਥਿਤੀ ਆ ਉਹਦੇ ਲਈ ਇਹਨਾਂ ਨੂੰ ਜ਼ਿੰਮੇਵਾਰ ਦੱਸਦੇ ਸੀਗੇ ਅੱਜ ਤੁਸੀਂ ਦੇਖੋ ਉਹ ਨੌਤ ਆ ਗਈ ਕਿ ਜਿਹੜੇ ਆਗੂਆਂ ਨੂੰ ਨਿੰਦਦੇ ਰਹੇ ਨੇ ਉਹਨਾਂ ਨਾਲ ਪ੍ਰਧਾਨ ਮੰਤਰੀ ਹੋਰਾਂ ਨੂੰ ਅਮਿਤ ਸ਼ਾਹ ਹੋਰਾਂ ਨੂੰ ਇੱਕ ਮੀਟਿੰਗ ਕਰਨੀ ਪੈਗੀ ਤੇ ਨਾਲ ਇਹ ਕਿਹਾ ਕਿ ਸਮਾਂ ਆਉਣ ਤੇ ਉਹ ਰੁਤਬਾ ਜਿਹੜਾ ਪੁਰਾਣਾ ਉਹ ਬਹਾਲ ਕੀਤਾ ਜਾਵੇਗਾ ਕਿਤੇ ਨਾ ਕਿਤੇ ਇਹ ਗੱਲ ਆ ਜਿਹੜੀ ਭਾਜੀਪੀ ਦੀ ਲੀਡਰਸ਼ਿਪ ਦੇ ਕੰਨਾਂ ਦੇ ਵਿੱਚ ਪੈ ਗਈ ਜਾਂ ਉਹਨਾਂ ਨੂੰ ਕੰਧ ਤੇ ਲਿਖਿਆ ਹੁਣ ਪੜਨਾ ਪੈ ਗਿਆ ਜਾਂ ਸਮਝ ਆ ਗਈ ਕਿਹ ਦੇਸ਼ ਦੇ ਵਿੱਚ ਘਟ ਗਿਣਤੀਆਂ ਤੇ ਹਮਲੇ ਕਰਕੇ ਘਟ ਗਿਣਤੀਆਂ ਦੇ ਹੱਕ ਉਚਲ ਕੇ ਇਸ ਲੰਬਾ ਸਮਾਂ ਰਾਜ ਨਹੀਂ ਕੀਤਾ ਜਾ ਸਕਦਾ ਜੇਕਰ ਤੁਸੀਂ ਦੇਸ਼ ਦੇ ਵਿੱਚ ਰਾਜ ਕਰਨਾ ਹੈ ਆਪਣੀ ਭਰੋਸੇਯੋਗਤਾ ਬਹਾਲ ਰੱਖਣੀ ਹੈ ਤਾਂ ਤੁਹਾਨੂੰ ਹਰੇਕ ਸੋਬੇ ਨੂੰ ਘਟ ਗਿਣਤੀਆਂ ਨੂੰ ਜਾਂ ਜਿਹੜੇ ਦੇਸ਼ ਦੇ ਲੋਕ ਨੇ ਉਹਨਾਂ ਦਾ ਜਿਹੜਾ ਹੱਕ ਹਕੂਕੀ ਗੱਲਾਂ ਹੱਕ ਹਕੂਕੀ ਜਿਹੜੀਆਂ ਮੰਗਾਂ ਉਹ ਤੁਹਾਨੂੰ ਮੰਨਣੀਆਂ ਪੈਣਗੀਆਂ ਹੁਣ ਇਹੀ ਗੱਲ ਆ ਕਿ ਜਿਹੜੇ ਪ੍ਰਧਾਨ ਮੰਤਰੀ ਹੋਰਾਂ ਨੇ ਜੰਮੂ ਕਸ਼ਮੀਰ ਦੇ 1 ਦਰਜਨ ਦੇ ਕਰੀਬ ਆਗੂ ਨੇ ਜਿਹੜੇ ਉਹਨਾਂ ਨਾਲ ਮੀਟਿੰਗ ਕੀਤੀ ਆ ਲੰਬੀ ਚੌੜੀ ਮੀਟਿੰਗ ਹੋਈ ਆ ਸਭ ਤੋਂ ਵੱਡੀ ਗੱਲ ਇਹ ਆ ਕਿ ਉਸ ਮੀਟਿੰਗ ਦੇ ਵਿੱਚ ਜਿਹੜੇ ਸੁਰੱਖਿਆ ਸਲਾਹਕਾਰ ਆ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡਵਾਲ ਆ ਜਿਹੜੇ ਉਹ ਵੀ ਉਸ ਮੀਟਿੰਗ ਦੇ ਵਿੱਚ ਹਾਜ਼ਰ ਤੇ ਲੰਬੀ ਚੌੜੀ ਗੱਲ ਹੋਈ ਪ੍ਰਧਾਨ ਮੰਤਰੀ ਨੇ ਇਹੀ ਭਰੋਸਾ ਦਿੱਤਾ ਕਿ ਹੁਣ ਉੱਥੇ ਚੋਣਾਂ ਕਰਾਈਆਂ ਜਾਣੀਆਂ ਆ ਜਿਹੜੀਆਂ ਲੋਕਲ ਸਥਾਨਿਕ ਪੱਧਰੀਆਂ ਚੋਣਾਂ ਉਹ ਉੱਥੇ ਕਾਫੀ ਅਰਸੇ ਬਾਅਦ ਹੁਣ ਹੋਣੀਆਂ ਐ ਉਹਨਾਂ ਦੀ ਜਿਹੜੀ ਡੀਲਿਮਿਟੇਸ਼ਨ ਹੋ ਰਹੀ ਆ ਹੱਦਬੰਦੀ ਹੋ ਰਹੀ ਆ ਨਾਲ ਦੀ ਨਾਲ ਜਦੋਂ ਹੱਦਬੰਦੀ ਹੋ ਜੂਗੀ ਨਵੀਂ ਹੱਦਬੰਦੀ ਹੋਣ ਤੋਂ ਬਾਅਦ ਨਵੇਂ ਹਲਕੇ ਵਿਧਾਨ ਸਭਾ ਦੇ ਹਲਕੇ ਬਣਨਗੇ ਫਿਰ ਜਿਹੜੀਆਂ ਚੋਣਾਂ ਉਹ ਕਰਵਾਈਆਂ ਜਾਣਗੀਆਂ ਭਾਵੇਂ ਕਿ ਅੱਜ ਜਿਹੜੀ ਕਿ ਪ੍ਰਧਾਨ ਮੰਤਰੀ ਨੂੰ ਇਹ ਗੱਲਾਂ ਕਹਿਣੀਆਂ ਪੈਗੀਆਂ ਕਿ ਅਸੀਂ ਸਮੇਂ ਦਾ ਜਿਹੜਾ ਆਣਾ ਤੇ ਉਹਦਾ ਰਾਜਦਾਰ ਉਤਵਾ ਬਹਾਲ ਰੱਖਾਂਗੇ ਪਰ ਅਜੇ ਵੀ ਕਿਤੇ ਕਿਤੇ ਜਿਹੜੇ ਉਹ ਆਗੂ ਨੇ ਉਹਨਾਂ ਨੂੰ ਇਸ ਗੱਲ ਦੇ ਵਿੱਚ ਪ੍ਰਧਾਨ ਮੰਤਰੀ ਦੀ ਗੱਲ ਪਰ ਵਿਸ਼ਵਾਸ ਵੀ ਨਹੀਂ ਆ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਬਾਰੇ ਇਹ ਗੱਲ ਕੀ ਜਾਂਦੇ ਆ ਕਿ ਉਹ ਕਦੇ ਜਿਹੜੀ ਗੱਲ ਕਹਿੰਦੇ ਆ ਉਹਤੇ ਪਿੱਛੇ ਨਹੀਂ ਮੁੜਦੇ ਪਰ ਇਸ ਮਾਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਹੋਰਾਂ ਨੂੰ ਬੈਕਫੁੱਟ ਤੇ ਆਉਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਆ ਕਿਤਨਾ ਕਿਤੇ ਜਿਹੜੀ ਆਰਐਸਐ ਉਹ ਹੁਣ ਸਰਕਾਰ ਪਰ ਜਾਂ ਬੀਜੇਪੀ ਦੀ ਲੀਡਰਸ਼ਿਪ ਪਰ ਕੰਟਰੋਲ ਕਰਦੀ ਜਾ ਰਹੀ ਆ ਪਿਛਲੇ ਸਮੇਂ ਤੋਂ ਗੱਲਾਂ ਸਾਹਮਣੇ ਆ ਰਹੀਆਂ ਤੀਆਂ ਕਿ ਪ੍ਰਧਾਨ ਮੰਤਰੀ ਤੇ ਨਰਿੰਦਰ ਮੋਦੀ ਹੋਰੀ ਇਹ ਜਿਹੜੇ ਆਰਐਸਡੀ ਜਿਹੜੀ ਵੱਡੀ ਲੀਡਰਸ਼ਿਪ ਆ ਉਹਨਾਂ ਦੇ ਵੀ ਗੱਲ ਨਹੀਂ ਸੁਣ ਰਹੇ ਹੁਣ ਤੁਸੀਂ ਦੇਖਿਆ ਹੋਊਗਾ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜੁਪੀ ਦੇ ਵਿੱਚ ਆ ਜੋਪੀ ਦੇ ਵਿੱਚ ਵੀ ਭਾਜਪਾ ਦੀ ਜਿਹੜੀ ਲੀਡਰਸ਼ਿਪ ਆ ਉਹਦੇ ਵਿੱਚ ਟਕਰਾਅ ਚੱਲ ਰਿਹਾ। ਉੱਥੇ ਵੀ ਜਿਹੜੇ ਉੱਥੇ ਦੇ ਮੁੱਖ ਮੰਤਰੀ ਨੇ ਤਾਂ ਦਿੱਤਿਆ ਨਾਥ ਜੋਗੀ ਜੀ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਫੋਟੋ ਜਾਂ ਅਮਿਤ ਸ਼ਾਹ ਦੀ ਜਿਹੜੀ ਫੋਟੋ ਆ ਉਹ ਉਥੋਂ ਗਾਇਬ ਕਰ ਦਿੱਤੀ ਜਿਹੜੇ ਸਰਕਾਰੀ ਜੋ ਉਹਨਾਂ ਦੇ ਟਵਿੱਟਰ ਸੀਗੇ ਜਾਂ ਉੱਥੇ ਕੈਲੰਡਰ ਸੀਗੇ ਜਿੱਥੇ-ਜਿੱਥੇ ਵੈਬਸਾਈਟ ਉੱਥੇ ਵੀ ਇੱਕ ਜਿਹੜਾ ਪ੍ਰੋਬਲਮ ਚੱਲ ਰਹੀ ਆ ਉੱਥੇ ਵੀ ਜਿਹੜੀ ਕਿ ਜ਼ਿਆਦਾ ਇੰਟਰਫੀਰੈਂਸ ਸੀਗੀ ਪ੍ਰਧਾਨ ਮੰਤਰੀ ਆਫਿਸ ਦੀ ਸੀਗੀ ਉੱਥੇ ਹੁਣ ਜਦੋਂ ਕੰਮ ਨਹੀਂ ਤੇ ਹੋ ਰਿਹਾ ਚੋਣਾ ਪਤਾ ਲੱਗ ਰਿਹਾ ਕਿ ਜੁਪੀ ਦੇ ਹਾਲਾਤ ਮਾੜੇ ਹੋ ਗਏ ਚੋਣਾ ਉੱਥੇ ਜਿੱਤੀਆਂ ਨਹੀਂ ਜਾ ਸਕਦੀਆਂ ਤਾਂ ਉੱਥੇ ਲੀਡਰਸ਼ਿਪ ਦੇ ਜੀ ਚੇਂਜ ਕਰਨ ਦੇ ਜਿਹੜੇ ਯਤਨ ਕੀਤੇ ਜਾ ਰਹੇ ਨੇ ਆਰਐਸਐਸ ਉੱਥੇ ਥੋੜਾ ਭਾਰੂ ਹੁੰਦੀ ਜਾ ਰਹੀ ਆ ਨਾਲ ਦੀ ਨਾਲ ਦੇਸ਼ ਦੇ ਵਿੱਚ ਜਿਹੜਾ ਕਿਸਾਨੀ ਮਸਲਾ ਉਹ ਬਹੁਤ ਵੱਡਾ ਉਲਝਿਆ ਹੋਇਆ ਤੇ ਇਹ ਵੀ ਆਉਣ ਵਾਲੀ ਸੀ ਕਿਸਾਨੀ ਮਸਲੇ ਦੀ ਗੱਲ ਕਰਨ ਵਾਲੀ ਸੀ ਕਿਉਂਕਿ ਜਿੱਥੇ ਬਹੁਤ ਵੱਡੇ ਪੱਧਰ ਤੇ ਜਿ ਤੁਸੀਂ ਜ਼ਿਕਰ ਕੀਤਾ ਕਿ ਭਾਜਪਾ ਤੇ ਅਮਿਤ ਸ਼ਾਹ ਤੇ ਨਰਿੰਦਰ ਮੋਦੀ ਜਿਹੜੇ ਨੇ ਪ੍ਰਧਾਨ ਮੰਤਰੀ ਨੂੰ ਦਾ ਵਿਰੋਧ ਪੁਰਿਆ ਔਰ ਮੈਂ ਇਹੀ ਕਹਿਣ ਵਾਲੀ ਸੀ ਕਿ ਕਿਸਾਨੀ ਅੰਦੋਲਨ ਵੀ ਇੱਕ ਬਹੁਤ ਵੱਡਾ ਅੰਦੋਲਨ ਇਸ ਵੇਲੇ ਬਣਿਆ ਹੈ ਜਿਸ ਦਾ ਕੇਂਦਰ ਸਰਕਾਰ ਨੂੰ ਖਮਿਆਜ਼ਾ ਪੁਗਤਣਾ ਪੈ ਵੀ ਸਕਦਾ ਔਰ ਜਿਹੜੀ ਕੇਂਦਰ ਸਰਕਾਰ ਦੀ ਸਥਿਤੀ ਆ ਉਹ ਥੋੜੀ ਪਤਲੀ ਬਣੀ ਹੈ ਹਾਂ ਦੇਖੋ ਤਿੰਨ ਜਿਹੜੇ ਤਿੰਨ ਕਾਨੂੰਨ ਨੂੰ ਲੈ ਕੇ ਪੂਰੇ ਦੇਸ਼ ਦੇ ਵਿੱਚ ਜਿਹੜਾ ਕਿਸਾਨ ਆ ਉਹ ਸੜਕਾਂ ਤੇ ਬੈਠਾ ਦਿੱਲੀ ਦੀਆਂ ਬਰੂਹਾਂ ਤੇ ਬੈਠਾ ਭਾਵੇਂ ਕਿ ਇਹ ਜੇ ਆਪਾਂ ਇਹ ਕਹਿ ਲਈਏ ਵੀ ਪੂਰੇ ਦੇਸ਼ ਦੇ ਕਿਸਾਨ ਨਹੀਂ ਹੈਗੇ ਜਿਵੇਂ ਕਿ ਭਾਜਪਾ ਦੀ ਲੀਡਰਸ਼ਿਪ ਮੰਨਦੀ ਹੈ ਪਰ ਉਹਦੇ ਵਿੱਚ ਪੰਜਾਬ ਹਰਿਆਣਾ Rajasthan ਉੱਤਰ ਪ੍ਰਦੇਸ਼ ਉੱਤਰਾਖੰਡ ਉੱਤਰਾੰਚਲ Rajasthan ਉਹ ਜਿਹੜੇ ਵੱਡੇ ਸੂਬੇ ਨੇ ਜਿਨ੍ਹਾਂ ਦੀ ਬੀਜੇਪੀ ਦੀ ਕਈ ਸੂਬਿਆਂ ਚ ਦਾ ਬੀਜੇਪੀ ਦੀਆਂ ਸਰਕਾਰਾਂ ਨੇ ਨਾ ਹੁਣ ਹਰਿਆਣਾ ਚ ਦੇਖੋ ਬੀਜੇਪੀ ਦੀ ਸਰਕਾਰ ਹੋਣ ਦੇ ਬਾਵਜੂਦ ਮਨੋਹਰ لال ਖੱਟੜ ਉਹਨਾਂ ਦੀ ਪੂਰਾ ਜੋ ਕੇਂਦਰ ਸਰਕਾਰ ਕਹਿੰਦੀ ਆ ਜੋ ਹੋਮ ਡਿਪਾਰਟਮੈਂਟ ਵੱਲੋਂ ਗਾਈਡਲਾਈਨ ਜੰਦੀਆਂ ਉਮੇ ਕੰਮ ਕੀਤਾ ਜਾ ਰਿਹਾ ਕਿਸਾਨਾਂ ਦੇ ਨਾਲ ਪੂਰੀ ਤਰ੍ਹਾਂ ਟਕਰਾ ਦੀ ਨੀਤੀ ਉੱਥੇ ਚੱਲ ਰਹੀ ਆ ਪਰ ਫਿਰ ਵੀ ਕਿਸਾਨ ਆ ਜਿਹੜੇ ਟਸ ਤੋਂ ਮਸ ਨਹੀਂ ਹੋ ਰਹੇ ਇਸ ਕਰਕੇ ਜੇ ਤੁਸੀਂ 2024 ਦੀਆਂ ਚੋਣਾਂ ਜਿੱਤਣੀਆਂ ਕਿੰਨਾ ਕੀਤੇ ਬੀਜੇਪੀ ਦੀ ਲੀਡਰਸ਼ਿਪ ਨੂੰ ਇਹ ਸਮਝ ਆ ਗਈ ਕਿ ਜੇਕਰ ਤੁਸੀਂ 2024 ਦੀਆਂ ਚੋਣਾਂ ਜਿੱਤਣੀਆਂ ਹੁਣ ਭਾਵੇਂ ਕਿ ਹਲੇ 3 ਸਾਲ ਪਈਆ ਤਾਂ ਉਹਨਾਂ ਨੂੰ ਕੁਝ ਕਰਨੇ ਪੈਣਗੇ ਜਿਹੜੀਆਂ ਘੱਟ ਗਿਣਤੀਆਂ ਦੇ ਲੋਕ ਨੇ ਉਹਨਾਂ ਨਾਲ ਵੀ ਸਮਝੌਤੇ ਕਰਨੇ ਪੈਣਗੇ ਉਹਨਾਂ ਨਾਲ ਟਕਰਾ ਦੀ ਨੀਤੀ ਛੱਡਣੀ ਪਵੇਗੀ ਇਸੇ ਤਰ੍ਹਾਂ ਜਿਹੜੇ ਕਿਸਾਨ ਨੇ ਉਹਨਾਂ ਨਾਲ ਵੀ ਭਾਵੇਂ ਕਿ ਕਿਸਾਨ ਵੀ ਘੱਟ ਗਿਣਤੀ ਸਿੱਖ ਜਿਹੜੇ ਪੰਜਾਬ ਦੇ ਘੱਟ ਗਿਣਤੀਆਂ ਚੋਂ ਦੇ ਆ ਉਨ੍ਹਾਂ ਨਾਲ ਵੀ ਸਮਝੌਤੇ ਕਰਨੇ ਪੈਣਗੇ ਜੇ ਸਮਝੌਤੇ ਕਰਨਗੇ ਤਾਂ ਕਿਤੇ ਗੱਲ ਬਣੂਗੀ ਅੱਜ ਹਾਲਾਤ ਇਹ ਬਣੀ ਹੋਇਆ ਪੰਜਾਬ ਤੇ ਹਰਿਆਣਾ ਦੇ ਵਿੱਚ ਦੋ ਸੂਬਿਆਂ ਚ ਕਿ ਜਿਹੜੇ ਬੀਜੇਪੀ ਦੇ ਲੀਡਰ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕੀਤਾ ਜਾ ਰਿਹਾ ਉਹਨਾਂ ਨੂੰ ਸੜਕਾਂ 'ਪਨ ਨਹੀਂ ਆਉਣ ਦਿੱਤਾ ਜਾ ਰਿਹਾ ਜਿੱਥੇ ਉਹਨਾਂ ਦੇ ਪ੍ਰੋਗਰਾਮਾਂ ਨੂੰ ਘੇਰਿਆ ਜਾ ਰਿਹਾ ਹੈ ਹੁਣ ਕੱਲ ਹੀ ਇਹਨਾਂ ਦੇ ਜਿਹੜੇ ਕੇਂਦਰੀ ਮੰਤਰੀ ਤੇ ਸੂਬਾ ਪ੍ਰਕਾਰਾਜੀ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਘਰਾ ਹੋਇਆ ਹੋਇਆ ਹੋਰ ਜਿੰਨੇ ਲੀਡਰ ਤੇ ਉਹਨਾਂ ਦਾ ਬਹੁਤ ਵੱਡੇ ਪੱਧਰ ਤੇ ਘਰਾ ਹੋ ਰਿਹਾ ਹੈ 2022 ਦੀਆਂ ਚੋਣਾਂ ਪੰਜਾਬ ਵਿੱਚ ਹੋਣੀਆਂ ਉਤੇ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਇਹ ਜਿਹੜੀਆਂ ਸਥਾਨਕ ਪੱਧਰ ਦੀਆਂ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਕਰ ਰਹੇ ਨੇ ਜੇ ਇਹਹੀ ਹਾਲ ਰਿਹਾ ਉਹਨਾਂ ਨੂੰ ਲੱਗ ਰਿਹਾ ਹੈ ਕਿ ਜੇਕਰ ਇਹਨਾਂ ਨੇ ਨਾ ਗੱਲ ਕੀਤੀ ਤਾਂ ਜੰਮੂ ਕਸ਼ਮੀਰ ਦੇ ਵਿੱਚ ਜਿਹੜੀਆਂ ਸਥਾਨਕ ਪੱਧਰ ਦੇ ਵਿੱਚ ਚੋਣਾਂ ਦੇ ਵਿੱਚ ਬੀਜੇਪੀ ਦਾ ਸੁਪੜਾ ਸਾਫ਼ ਹੋ ਸਕਦਾ ਇਸ ਕਰਕੇ ਹੁਣ ਲਿਡਰਸ਼ਿਪ ਨੇ ਜਾਂ ਸਰਕਾਰ ਨੇ ਉਸ ਪਾਸੇ ਵੱਲ ਕਦਮ ਵਧਾਇਆ ਹੁਣ ਤੁਸੀਂ ਸਭ ਤੋਂ ਦੇਖੋ ਜਿਹੜੀ ਕੱਲ ਮੀਟਿੰਗ ਹੋਈ ਆ ਉਹਦੇ ਵਿੱਚ ਫਾਰੂਕ ਅਬਦੁੱਲਾ ਸੀਗੇ ਜਿਹੜੇ ਕਾਂਗਰਸ ਵੱਲੋਂ ਜਿਹੜੇ ਗੁਲਾਮ ਨਬੀ ਅਜ਼ਾਦ ਬਲਾਵ ਨਬੀ ਅਜ਼ਾਦ ਸੀਗੇ ਸਾਬਕਾ ਜਿਹੜੇ ਉੱਥੇ ਦੇ ਮੁੱਖ ਮੰਤਰੀ ਨੇ ਮੈਡਮ ਮੁਫਤੀ ਜੀ ਉਹ ਸੀਗੇ ਜਾਫਰ ਅਫਰਾਕੋ ਅਬਦੁੱਲਾ ਉਹਨਾਂ ਦਾ ਜਿਹੜਾ ਬੇਟਾ ਉਮਰ ਅਬਦੁੱਲਾ ਸੀਗਾ ਉਹ ਸੀਗੇ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਕਈ ਆਗੂ ਨੇ ਉੱਥੇ ਜਿਹੜੀਆਂ ਹੋਰ ਪਾਰਟੀਆਂ ਨੇ ਉਹ ਮੀਟਿੰਗ ਦੇ ਵਿੱਚ ਹਾਜ਼ਰ ਨੇ ਉਹਨਾਂ ਸਾਰਿਆਂ ਨੇ ਇਹੀ ਗੱਲ ਕੀਤੀ ਕਿ ਸਾਡਾ ਜਿਹੜਾ ਪੁਰਾਣਾ ਰੁਤਬਾ ਜਾਂ ਸਟੇਟ ਦਾ ਜਿਹੜਾ ਰੁਤਬਾ ਉਹ ਬਹਾਲ ਕੀਤਾ ਜਾਣਾ ਚਾਹੀਦਾ ਤਾਂ ਉਹ ਪ੍ਰਧਾਨ ਮੰਤਰੀ ਨੂੰ ਇਹ ਮੰਨਣਾ ਪੈ ਗਿਆ ਕਿ ਸਮਾਂ ਆਉਣ ਤੇ ਅਸੀਂ ਇਹ ਰੁਤਬਾ ਬਹਾਲ ਕਰਾਂਗੇ ਕਿਤਨਾ ਕਿਤੇ ਇਹ ਇਸ਼ਾਰਾ ਹੈ ਕਿ ਹੁਣ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ ਜਾਂ ਪ੍ਰਧਾਨ ਮੰਤਰੀ ਨਰਿੰਦਰ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਦੀ ਦਾ ਜਿਹੜਾ ਐਟੀਟਿਊਡ ਆ ਉਹ ਚੇਂਜ ਹੋਇਆ ਉਹਨਾਂ ਦਾ ਰਵਈਆ ਜਿਹੜਾ ਨਰਮ ਹੋਇਆ ਕਿਤਨਾ ਕਿਤੇ ਇਹ ਸੰਕੇਤ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੰਮੂ ਕਸ਼ਮੀਰ ਦਾ ਜਿਹੜਾ ਰੁਤਵਾ ਉਹ ਬਹਾਲ ਕੀਤਾ ਜਾ ਸਕਦਾ ਹੈ ਹਮ ਯਾਨੀ ਕਿ ਖੇਤੀ ਕਾਨੂੰਨਾਂ ਦੇ ਮਸਲੇ ਤੇ ਵੀ ਇਹ ਮੰਨਿਆ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਦਾ ਜਿਹੜਾ ਰੁਖ ਹੈ ਥੋੜਾ ਨਰਮ ਹੋਇਆ ਹੈ ਜਾਂ ਹੋਏਗਾ ਬਿਲਕੁਲ ਦੇਖੋ 21 ਜਨ 21 ਜਨਵਰੀ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ ਹੈਗੀ ਜਿਹੜੀਆਂ ਪਹਿਲਾਂ ਮੀਟਿੰਗਾਂ ਹੋਈਆਂ ਇੱਕ ਦਰਜਿੰਦੇ ਕਰੀਬ ਉਹਨਾਂ ਦੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਪ੍ਰਧਾਨ ਮੰਤਰੀ ਨਿਰੰਦਰ ਮੋਦੀ ਖੇਤੀਬਾੜੀ ਮੰਤਰੀ ਜਾਂ ਜਿਹੜੀ ਕੇਂਦਰੀ ਲੀਡਰਸ਼ਿਪ ਆ ਉਹ ਆਪਣੇ ਫੈਸਲੇ ਪਰ ਅੜੀ ਹੋਈ ਆ ਕਿਸਾਨ ਆਪਣੇ ਫੈਸਲੇ ਪਰ ਅੜੇ ਹੋਏ ਨੇ ਕਿ ਤਿੰਨੇ ਕਾਨੂੰਨ ਰੱਦ ਹੋਣੇ ਆ ਉਹ ਕਹਿੰਦੇ ਅਸੀਂ ਚੇਂਜ ਕਰਨ ਨੂੰ ਤਿਆਰ ਆ ਜੋ ਚੇਂਜ ਕਰਉਣਾ ਕਰਵਾ ਲਓ ਪਰ ਕਾਨੂੰਨ ਹੀ ਬਦਲੇ ਜਾਣੇ ਪਾ ਹੁਣ ਕਿਤਨਾ ਕੀਤੇ ਜਿਹੜੀ ਬੀਜੇਪੀ ਦੀ ਖਾਸ ਕਰਕੇ ਪੰਜਾਬ ਦੀ ਲੀਡਰਸ਼ਿਪ ਆ ਚਾਹੇ ਉਹਨਾਂ ਚ ਲక్ష్ਮੀ ਕਾਂਚ ਆਵਲਾ ਜੀ ਹੋਵੇ ਚਾਹੇ ਅਨਿਲ ਜੋਸ਼ੀ ਹੋਵੇ ਚਾਹੇ ਪਹਿਲਾਂ ਜਾਣੀ ਹੁਣੀ ਬੋਲਦੇ ਰਹੇ ਚਾਹੇ ਮਾਸਟਰ ਮੂਹਨ ਲਾਲੂ ਸਾਰੇ ਜਣੇ ਕੁਝ ਅੱਗੇ ਬੋਲਣ ਲੱਗ ਪਏ ਕਿ ਜਦੋਂ ਤੁਸੀਂ ਸਾਰੇ ਕਾਨੂੰਨ ਚੇਂਜ ਕਰਨ ਨੂੰ ਤਿਆਰ ਆ ਸਾਰੇ ਜਿਹੜੀਆਂ ਉਹਦੇ ਵਿੱਚ ਨਿਯਮ ਆ ਸੋਧਾ ਕਰਨ ਨੂੰ ਤਿਆਰ ਆ ਤਾਂ ਕਾਨੂੰਨ ਰੱਦ ਕਰਨ ਦੇ ਵਿੱਚ ਵੀ ਫੈ ਦੀ ਪ੍ਰੋਬਲਮ ਆ ਇਹ ਕਿਤੇ ਨਾ ਕਿਤੇ ਗੱਲਾਂ ਚੱਲ ਰਹੀਆਂ ਹੁਣ ਇਹਦੇ ਨਾਲ ਲਾਰਜ ਆਰਡਰ ਦੀ ਸਿਚੁਏਸ਼ਨ ਆ ਜਿਹੜੀ ਖਰਾਬ ਹੋ ਰਹੀ ਹੈ ਸੋ ਜਿਹੜੇ ਸਭ ਤੋਂ ਵੱਡੀ ਗੱਲ ਇਹ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜੰਮੂ ਕਸ਼ਮੀਰ ਵਾਲਾ ਰੁਤਬਾ ਬਹਾਲ ਕਰਨ ਜਾਂ ਇਹ ਆ ਉਹ ਆ ਕਿ ਹੁਣ ਪਹਿਲਾਂ ਤਾਂ ਜਿਹੜੀ ਯੂਪੀਏ ਥੀ ਉਹਦੀ ਜਿਹੜੀ ਅਗਵਾਈ ਥੀ ਉਹ ਸੋਨੀਆ ਗਾਂਧੀ ਕਰ ਰਹੀ ਥੀ ਕਾਂਗਰਸੀ ਜਿਹੜੀ ਦਸ਼ਾ ਤੇ દિਸ਼ਾ ਉਹ ਬਹੁਤ ਪਤਲੇ ਪੱਦਰ ਪਰ ਜਾ ਰਹੀ ਥੀ ਜੋ ਕਹਿੰਦਾ ਸਰਕਾਰ ਦੇ ਖਿਲਾਫ ਖਾ ਬੀਜੇਪੀ ਦੇ ਖਿਲਾਫ ਜਿਵੇਂ ਅਗਰੈਸਿਵ ਹੋਣਾ ਚਾਹੀਦਾ ਸੀਗਾ ਕਾਂਗਰਸ ਉਸ ਢੰਗ ਨਾਲ ਅਗਰੈਸਿਵ ਨਹੀਂ ਹੋ ਸਕੇ ਨਾ ਸੋਨੀਆ ਗਾਂਧੀ ਹੋ ਸਕੇ ਨਾ ਰਾਹੁਲ ਗਾਂਧੀ ਹੋ ਸਕੇ ਕੁਝ ਜਿਹੜੀਆਂ ਹੋਰ ਪਾਰਟੀਆਂ ਸੀਗੀਆਂ ਜਿਵੇਂ ਕਿ ਖੇਤਰੀ ਪਾਰਟੀਆਂ ਸੀਗੀਆਂ ਉਹ ਸਿੱਧੇ ਰੂਪ ਵਿੱਚ ਕਾਂਗਰਸ ਦੇ ਝੰਡੇ ਥੱਲੇ ਜਾਣ ਨੂੰ ਤਿਆਰ ਨਹੀਂ ਹੈਗੀਆਂ ਉਹ ਭਾਜਪਾ ਦੀ ਲੀਡਰਸ਼ਿਪ ਤੋਂ ਜਾਂ ਪ੍ਰਧਾਨ ਮੰਤਰੀ ਦਾ ਜਿਹੜਾ ਐਟੀਟਿਊਡ ਆ ਜਾਂ ਭਾਰਤ ਸਰਕਾਰ ਦੇਆਂ ਜਿਹੜੀਆਂ ਗਤੀਵਿਧੀਆਂ ਆ ਜਾਂ ਉਹਨਾਂ ਦੀਆਂ ਕਾਰਵਾਈਆਂ ਜਾਂ ਸਟੇਟਾਂ ਪ੍ਰਤੀ ਬਖਰੇਵੇਂ ਵਾਲਾ ਰੋਲ ਆ ਜਾਂ ਪੱਖਪਤੀ ਰੁਈਆ ਉਹਦੇ ਖਿਲਾਫ ਜ਼ਰੂਰਤੀਆਂ ਜਿਹੜੀਆਂ ਸਟੇਟ ਦੀਆਂ ਪਾਰਟੀਆਂ ਖੇਤਰੀ ਪਾਰਟੀਆਂ ਪਰ ਉਹ ਕਾਂਗਰਸ ਨਾਲ ਜਾਣ ਨੂੰ ਤਿਆਰ ਨਹੀਂ تھیں۔ ਹੁਣ ਜਦੋਂ ਦੇਸ਼ ਦੀ ਜਿਹੜੀ ਰਾਜਨੀਤੀ ਬਦਲ ਰਹੀ ਆ ਕਿਤਨਾ ਕਿਤੇ ਜਿਹੜੀ ਯੂਪੀਆ ਦੀ ਮੁਖੀ ਆ ਸੋਨੀਆ ਗਾਂਧੀ ਦੀ ਜਗ੍ਹਾ ਹੁਣ ਜਿਹੜੀ ਚਰਚਾ ਚੱਲ ਰਹੀ ਆ ਕਿ ਸ਼ਰਦ ਪਵਾਰ ਆ ਜਿਹੜੇ ਉਹ ਜੁਪੀਏ ਦੇ ਚੇਅਰਮੈਨ ਬਣ ਸਕਦੇ ਨੇ ਜਾਂ ਮੰਮਤਾ ਵੈਨਰਜੀ ਬਣ ਸਕਦੇ ਆ ਜਾਂ ਇਹਨਾਂ ਤੋਂ ਇਲਾਵਾ ਕੋਈ ਹੋਰ ਵੱਡਾ ਲੀਡਰ ਆ ਜਿਹੜਾ ਉਹ ਆ ਸਕਦਾ ਜਿਹੜਾ ਸਿੱਧੇ ਰੂਪ ਦੇ ਵਿੱਚ ਇਕੱਠੇ ਹੋ ਸਕਦੇ ਆ ਜੇਕਰ ਸਾਰੀਆਂ ਵਿਰੋਧੀ ਪਾਰਟੀਆਂ ਜਿਹੜੀਆਂ ਬੀਜੇਪੀ ਦੇ ਵਿਰੋਧੀ ਪਾਰਟੀਆਂ ਜਿਹੜੀਆਂ ਬੀਜੇਪੀ ਦੇ ਕੱਟੜਪੰਥੀ ਰਵਈਏ ਤੋਂ ਦੁਖੀ ਨੇ ਜੋ ਇੱਕ ਮੰਚ 'ਤੇ ਆ ਗਈਆਂ ਤਾਂ ਪੂਰੇ ਦੇਸ਼ ਭਰ ਦੇ ਵਿੱਚ ਬੀਜੇਪੀ ਦੇ ਖਿਲਾਫ ਇੱਕ ਹੱਲਾ ਬੋਲ ਜਿਹੜਾ ਮਹਿਮਾ ਉਹ ਸ਼ੁਰੂ ਕੀਤੀ ਜਾ ਰਿਹਾ ਹੈ ਜਿਹਦੇ ਨਾਲ ਸਿੱਧਾ ਬੀਜੇਪੀ ਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਇਹ ਉਹੀ ਕਾਰਨ ਹੈ ਕਿ ਹੁਣ ਜਿਹੜੀ ਦੇਸ਼ ਦੇ ਜਿਹੜੀ ਸਿਆਸ ਦੇ ਸੰਕਰਨ ਬਦਲੇ ਨੇ ਇਸ ਕਰਕੇ ਜਿਹੜੀ ਬੀਜੇਪੀ ਦੀ ਲੀਡਰਸ਼ਿਪ ਆ ਜਾਂ ਭਾਰਤ ਸਰਕਾਰ ਆ ਪ੍ਰਧਾਨ ਮੰਤਰੀ ਆ ਉਹਨਾਂ ਨੇ ਵੀ ਆਪਣਾ ਜਿਹੜਾ ਐਟੀਟਿਊਡ ਆ ਉਹਨੂੰ ਥੋੜਾ ਥੋੜਾ ਚੇਂਜ ਕੀਤਾ ਹੁਣ ਜੋ ਸੁਣਨ ਦੇ ਵਿੱਚ ਗੱਲਾਂ ਆ ਰਹੀਆਂ ਕਿ ਜਿਵੇਂ ਕਿਸਾਨਾਂ ਨੇ ਕਿਹਾ ਹੋਇਆ ਕਿ ਜਿਹੜੀ ਗੱਲਬਾਤ ਆ ਸੰਵਾਦ ਆ ਉਹ سلسلہ ਚੱਲਦਾ ਰਹਿਣਾ ਚਾਹੀਦਾ ਸਸਯੁਗਤ ਕਿਸਾਨ ਮੋਰਚਾ ਨੇ ਪਿਛਲੇ ਮਹੀਨੇ ਪਰ ਚਿੱਠੀ ਵੀ ਲਿਖਿਆ ਪ੍ਰਧਾਨ ਮੰਤਰੀ ਉਹਨਾਂ ਨੂੰ ਗੱਲ ਕਰਨ ਨੂੰ ਤੇ ਖੇਤੀਬਾੜੀ ਮੰਤਰੀ ਆ ਜਿਹੜੇ ਤੋਮਰ ਸਾਹਿਬ ਨਰਿੰਦਰ ਤੋਮਰ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਸਾਡੇ ਦਰਵਾਜ਼ੇ ਆ ਜਿਹੜੇ ਖੁੱਲੇ ਆ ਪਰ ਦੋਨੇ ਮਾਸ ਦੇ ਚਿੱਠੀ ਪੱਤਰ ਹੋ ਗਈ ਬਿਆਨਵਾਜੀ ਹੋ ਗਈ ਪਰ ਹਲੇ ਮੀਟਿੰਗ ਨਹੀਂ ਹੋਈ ਮੀਟਿੰਗ ਕਿਤਨਾ ਕਿਤੇ ਜ਼ਰੂਰ ਹੋਵੇਗੀ ਭਾਵੇਂ ਕਿ ਅੰਦਰ ਦੋਨੇ ਪਾਸੇ ਜਿਹੜੀਆਂ ਕਿਸਾਨ ਆਗੂ ਆ ਇਹ ਵੀ ਗੱਲਬਾਤ ਕਰਨ ਲਈ ਤਿਆਰ ਆ ਟੇਬਲ ਉੱਪਰ ਬੈਠਣ ਨੂੰ ਤਿਆਰ ਆ ਉਧਰ ਜਿਹੜੇ ਸਰਕਾਰ ਆ ਉਹ ਵੀ ਬੈਠਣ ਨੂੰ ਤਿਆਰ ਆ ਕਿਤਨਾ ਕਿਤੇ ਵਿਚਲਾ ਜਿਹੜਾ ਰਸਤਾ ਉਹ ਲੱਭਿਆ ਜਾ ਰਿਹਾ ਕਿਸਾਨ ਆ ਜ ਪੂਰੀ ਤਰ੍ਹਾਂ ਅਗਰੈਸਿਵ ਹੋ ਰਹੀ ਹੈ ਨਾ ਜਿਵੇਂ ਹੁਣ 26 ਤਰੀਕ ਨੂੰ ਪੂਰੇ ਦੇਸ਼ ਭਰ ਦੇ ਵਿੱਚ ਆ ਜਿਹੜਾ ਐਮਰਜੈਂਸੀ ਦੇ ਖਿਲਾਫ ਇੱਕ ਡੇ ਮਨਾਇਆ ਜਾ ਰਿਹਾ ਹੈ ਭਾਵੇਂ ਕਿ 1975 ਦੇ ਵਿੱਚ ਜਿਹੜੀ ਐਮਰਜੈਂਸੀ ਆ ਉਹ ਇੰਦਰਾ ਗਾਂਧੀ ਵੱਲੋਂ ਲਾਈ ਗਈ ਸੀ ਉਦੋਂ ਜਿਹੜੇ ਕਾਂਗਰਸ ਦੇ ਬਹੁਤ ਸਾਰੇ ਲੀਡਰ ਸੀਗੇ ਇੰਦਰਾ ਗਾਂਧੀ ਦੇ ਰਵੱਈਏ ਤੋਂ ਉਹ ਜਿਹੜਾ ਉਹਨਾਂ ਦਾ ਰਵੱਈਆ ਸੀਗਾ ਅੜੀਗਲ ਰਵੱਈਆ ਸੀਗਾ ਜਿਹਾ ਡਿਕਟੇਟਰਸ਼ਿਪ ਵਾਲਾ ਰਵੱਈਆ ਸੀ ਜਿਵੇਂ ਕਿ ਅੱਜ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਰਾਂ ਦਾ ਉਹ ਤੋਂ ਬਹੁਤ ਦੂਖੀ ਸਨ ਪਰ ਬੋਲ ਨਹੀਂਦੇ ਅੱਜ ਤੁਸੀਂ ਦੇਖੋ ਇੰਨੇ ਸਾਲਾਂ ਬਾਅਦ ਹਾਲਾਤ ਬਿਲਕ ਅੱਜ ਸਾਡੇ ਇਹ ਪ੍ਰਧਾਨ ਮੰਤਰੀ ਦਾ ਉਮੀਦਵਾਰ ਰਵਈਆ ਉਹਦੇ ਖਿਲਾਫ ਜਿਹੜੀ ਕਾਂਗਰਸ ਆ ਉਹ ਵੀ ਸੜਕਾਂ 'ਪਰ ਆ ਰਹੀ ਹੈ ਕਿਸਾਨਾਂ ਦੀ ਮਦਦ ਕਰਨ ਵਾਸਤੇ ਕਿਸਾਨ ਇਸ ਗੱਲ ਨੂੰ ਕਹਿੰਦੇ ਨੇ ਕਿ ਭਾਵੇਂ ਕਿ ਐਮਰਜੈਂਸੀ ਨਹੀਂ ਲੱਗੀ ਹੋਈ ਪਰ ਇਹ ਅ ਅਨਕੰਡੀਸ਼ਨਲ ਹਾਂ ਹਾਲਾਤ ਐਮਰਜੈਂਸੀ ਵਰਗੇ ਨੇ ਕਿਸੇ ਦੀ ਗੱਲ ਸੁਣੇ ਨਹੀਂ ਜਾ ਰਹੀ ਦੇਸ਼ ਦੇ ਵਿੱਚ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਕ੍ਰਿਟੀਸਾਈਜ਼ ਕਰਦੇ ਨੇ ਜਾਂ ਜਿਹੜੀ ਸਰਕਾਰ ਦੇ ਕੰਮ ਨੇ ਉਹਨਾਂ ਦੀ ਆਲੋਚਨਾ ਕਰਦੇ ਨੇ ਉਹਨਾਂ ਨੂੰ ਚੱਕ ਕੇ ਜੇਲ੍ਹਾਂ ਦੇ ਵਿੱਚ ਅ ਅਜਿਹੇ ਤ੍ਰਾਮਾ ਲਾ ਕੇ ਜੇਲ੍ਹਾਂ ਦੇ ਵਿੱਚ ਛੁੱਟਿਆ ਜਾ ਰਿਹਾ ਹੈ ਜਿਹੜੇ ਇਹ ਕਿ ਆਪਣੇ ਆਪ ਦੇ ਵਿੱਚ ਇਹ ਐਮਰਜੈਂਸੀ ਵਰਗਾ ਹੀ ਰੋਲ ਆ ਜਿਵੇਂ ਉਹਨਾਂ ਵਿੱਚ ਪੱਤਰਕਾਰ ਵੀ ਆ ਸਹਿਤਕਾਰ ਵੀ ਆ ਲੇਖਕ ਵੀ ਆ ਜਾਂ ਜਿਨ੍ਹਾਂ ਨੇ ਪਿਛਲੇ ਦਿਨਾਂ ਦੇ ਦੌਰਾਨ ਉੱਥੇ ਦਿੱਲੀ ਦੇ ਵਿੱਚ ਸੰਘਰਸ਼ ਕੀਤਾ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਚਾਹੇ ਉਹ ਜੀਐਨਯੂ ਦੇ ਵਿਦਿਆਰਥੀ ਹੋਣ ਚਾਹੇ ਜਿਹੜੇ ਜਿਹੜੇ ਨਾਗਰਿਕਤਾ ਸੋਧ ਐਕਟ ਦੇ ਖਿਲਾਫ ਜਿਹੜਾ ਲੜਾਈ ਲੜਦੇ ਹੋਣ ਸੀਐਨਡੀ ਦੇ ਖਿਲਾਫ ਉਹ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਇੱਕ ਵਾਰੀ ਪਿਛਲੇ ਦਿਨਾਂ ਦਾ ਬਹੁਤ ਭਾਰੀ ਤਸੱਦਦ ਹੋਇਆ ਉਹਨਾਂ ਪਰ ਕਹੇ ਜੇ ਮਤਲਬ ਮੁਕੌਕਾ ਵਰਗੇ ਜਿਹੜੇ ਕਾਨੂੰਨ ਲਾ ਕੇ ਉਹ ਅੰਦਰ ਉਹਨਾਂ ਨੂੰ ਜੇਲਾਂ ਦੇ ਵਿੱਚ ਸੁੱਟਿਆ ਗਿਆ ਇਸ ਕਰਕੇ ਜਿਹੜੇ ਸਿਚੁਏਸ਼ਨਾਂ ਦੇਸ਼ ਦੀ ਉਹ ਬਦਲ ਰਹੀ ਆ ਨਾਲ ਦੀ ਨਾਲ ਜਿਹੜਾ ਜੇ ਆਪਾਂ ਇੰਟਰਨੈਸ਼ਨਲ ਪੱਧਰ ਦੀ ਵੀ ਗੱਲ ਕਰੀਏ ਇੰਟਰਨੈਸ਼ਨਲ ਜਿਹੜੀ ਅਮਰੀਕਾ ਉਹਦਾ ਵੀ ਭਾਰਤ ਪਰ ਕਿਤਨਾ ਕਿਤੇ ਦਬਾਅ ਪੈ ਰਿਹਾ afghanistan ਆ ਉਹ ਸਾਰੇ ਪਾਸੇ ਤੇ ਜਿਹੜੇ ਹਾਲਾਤ ਆ ਉਹ ਇਦਾਂ ਦੇ ਬਣਦੇ ਜਾ ਰਹੇ ਨੇ ਕਿਵੇਂ ਨਾ ਕਿਵੇਂ ਭਾਰਤ ਸਰਕਾਰ ਪਰ ਦਬਾਅ ਪੈ ਰਿਹਾ ਹੁਣ ਤੁਸੀਂ ਇਹ ਦੇਖੋ ਪਿਛਲੇ 2 ਕੁ ਮਹੀਨਿਆਂ ਤੋਂ ਆਪਾਂ ਰੋਜ਼ ਖਬਰਾਂ ਆਉਂਦੀਆਂ ਸੀਗੀਆਂ ਵੀ ਬਾਰਡਰ ਪਰ ਲੜਾਈ ਹੋ ਗਈ ਪਾਕਿਸਤਾਨ ਭਾਰਤ ਦੀ ਇਹ ਹੋ ਗਈ ਹੋ ਗਈ ਹੁਣ 2 ਕੁ ਮਹੀਨੇ ਤੋਂ ਆਪਾਂ ਦੇਖ ਰਹੇ ਆ ਨਾ ਉੱਥੇ ਪੂਰੀ ਤਰ੍ਹਾਂ ਸ਼ਾਂਤੀ ਆ ਰਹੀ ਰੱਬ ਕਰੇ ਅੱਲਾਹ ਕਰੇ ਸ਼ਾਲਾ ਵੀ ਜਿਹੜੀ ਉੱਥੇ ਸ਼ਾਂਤੀ ਆ ਉਹ ਬਣੀ ਰਹੇ ਦੂਵੇਂ ਪਾਸੇ ਤੇ ਜਿਹੜੇ ਸਬੰਧ ਆ ਉਹ ਹੋਰ ਸੁਧਰਨ ਸਾਡੇ ਲੋਕ ਉੱਧਰ ਜਾਣ ਉਧਦੇ ਲੋਕ ਇੱਧਰ ਆਉਣ ਅਸੀਂ ਤਾਂ ਇਹੀ ਅਰਦਾਸ ਕਰਦੇ ਆ ਕਿ ਜਿਹੜਾ ਸਾਡਾ ਨਨਕਾਣਾ ਸਾਹਿਬ ਦਾ ਜਾਂ ਆਪਣਾ ਹੋਰ ਜਿਹੜੇ ਰਸਤੇ ਆ ਉਹ ਸਾਰੇ ਖੁੱਲਣੇ ਚਾਹੀਦੇ ਆ ਉਟਾਰੀ ਦਾ ਬਾਗਾ ਬਾਰਡਰ ਆ ਜਿਹੜਾ ਇਹ ਵੀ ਖੁੱਲਣਾ ਚਾਹੀਦਾ ਬਾਬੇ ਨਾਨਕ ਦੇ ਜਿਹੜੇ ਘਰ ਆ ਉਹ ਉੱਥੇ ਜਿਹੜੀ ਸਿੱਖਾਂ ਦੀ ਅਰਦਾਸ ਆ ਜਿਵੇਂ ਪਹਿਲਾਂ ਖੁੱਲੇ ਆ ਰਸਤੇ ਉਹ ਹੋਰ ਵੀ ਖੁੱਲਣੇ ਚਾਹੀਦੇ ਆ ਇਹ ਇਸ ਕਰਕੇ ਜਿਹੜੀ ਪੂਰੇ ਇੰਟਰਨੈਸ਼ਨਲ ਲੈਵਲ ਤੇ ਵੀ ਜਿਹੜੇ ਪੋਜੀਸ਼ਨ ਆ ਉਹ ਚੇਂਜ ਹੁੰਦੀ ਜਾ ਰਹੀ ਆ ਭਾਰਤ ਦੀ ਜਿਹੜੀ ਆਪਣੀ ਰਾਜਨੀਤੀ ਆ ਉਹ ਤੇ ਵੀ ਸਮਕਰਨ ਬਦਲ ਰਹੇ ਨੇ ਇਸ ਕਰਕੇ ਜਿਹੜੇ ਸਾਡੇ ਮੋਦੀ ਸਾਹਿਬ ਨੇ ਜਾਂ ਪ੍ਰਧਾਨ ਮੰਤਰੀ ਆ ਉਹਨਾਂ ਦਾ ਜਿਹੜਾ ਐਟੀਟਿਊਡ ਆ ਉਹਦੇ 'ਚ ਥੋੜੀ ਚੇਂਜ ਆਈ ਆ ਚੰਗੀ ਗੱਲ ਹੈ ਇਹ ਆਉਣ ਵੀ ਚਾਹੀਦੀ ਕਿਉਂਕਿ ਸਰਕਾਰਾਂ ਜਿਹੜੀਆਂ ਉਹ ਲੋਕਾਂ ਵਾਸਤੇ ਹੁੰਦੀਆਂ ਲੋਕਾਂ ਵੱਲੋਂ ਚੁਣੀਆਂ ਜਾਂਦੀਆਂ ਲੋਕਾਂ ਵਾਸਤੇ ਚੁਣੀਆਂ ਜਾਂਦੀਆਂ ਨੇ ਹਮ ਸਰ ਜਿਹੜੀ ਕਾਂਗਰਸ ਆ ਰਾਸ਼ਟਰੀ ਪੱਧਰ ਤੇ ਉਸ ਦੀ ਗੱਲ ਕਰ ਲਈਏ ਪੰਜਾਬ ਦੀ ਜਿਹੜੀ ਕਾਂਗਰਸ ਆ ਉਸ ਦੀ ਜਿਹੜੀ ਸੁਣਵਾਈ ਆ ਰਾਸ਼ਟਰੀ ਕਾਂਗਰਸ ਦੇ ਕੋਲ ਹੋ ਰਹੀ ਆ ਯਾਨੀ ਕਿ ਦਿੱਲੀ ਹਾਈ ਕਮਾਂਡ ਦੇ ਕੋਲ ਹੋ ਰਹੀ ਆ ਔਰ ਲਗਾਤਾਰ ਜਿਹੜੇ ਪੰਜਾਬ ਦੇ ਵਿਧਾਇਕ ਤੇ ਮੰਤਰੀ ਨੇ ਉਹਨਾਂ ਦੀ ਮੀਟਿੰਗਸ ਰਾਹੁਲ ਗਾਂਧੀ ਦੇ ਨਾਲ ਹੋ ਰਹੀਆਂ ਨੇ ਔਰ ਅੱਜ ਜਿਹੜੇ ਰਾਜ ਸਭਾ ਮੈਂਬਰ ਨੇ ਕਾਂਗਰਸ ਦੇ ਸ਼ਮਸ਼ੀਰ ਸਿੰਘ ਗਿੱਲੂ ਜਿਹੜੇ ਕਿ ਬੜੇ ਤਾਕੜ ਤਰੀਕੇ ਦੇ ਨਾਲ ਆਪਣੀ ਗੱਲ ਰੱਖਦੇ ਨੇ ਔਰ ਲਗਾਤਾਰ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਯਾਨੀ ਕਿ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਗਲਤ ਹੈ ਤੇ ਉਹ ਤੜੱਲੇ ਦੇ ਨਾਲ ਉਸ ਚੀਜ਼ ਨੂੰ ਬੋਲ ਦਿੰਦੇ ਨੇ ਔਰ ਇੱਕ ਵਾਰ ਫਿਰ ਉਹਨਾਂ ਨੇ ਜਿਹੜੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਦਾਲ ਪਤਲੂ ਕਰਾਰ ਦਿੱਤਾ ਕਿਉਂਕਿ ਉਹਨਾਂ ਨੇ ਕਿਹਾ ਕਿ ਜਿਹੜਾ ਮੁੱਖ ਮੰਤਰੀ ਹੈ ਉਹ ਤਾਂ ਖੁਦ ਦੂਜੀ ਪਾਰਟੀ ਤੋਂ ਨਿਕਲ ਕੇ ਆਇਆ ਹੋਇਆ ਹੈ ਮੁੱਖ ਮੰਤਰੀ ਤੋਂ ਵੀ ਸੀਨੀਅਰ ਪਾਰਟੀ ਦੇ ਵਿੱਚ ਹੋਰ ਵੀ ਜਿਹੜੇ ਟਕਸਾਲੀ ਕਾਂਗਰਸੀ ਨੇ ਬਿਲਕੁਲ ਦੇਖੋ ਜਿਹੜੇ ਸ਼ਮਸ਼ੇਰ ਸਿੰਘ ਦੁੱਲੋਆ ਬਹੁਤ ਪੁਰਾਣੇ ਕਾਂਗਰਸ ਦੇ ਲੀਡਰ ਨੇ ਇੱਕ ਘਟੋ-ਘਟ ਜਦੋਂ ਦੇ ਉਹ ਸਟੂਡੈਂਟ ਲਾਈਫ ਦੇ ਵਿੱਚ ਨੇ ਜਦੋਂ ਵੀ ਉਹ ਗੱਲ ਕਰਦੇ ਨੇ ਉਦੋਂ ਉਹ ਇਹੀ ਗੱਲ ਕਹਿੰਦੇ ਨੇ ਕਿ ਉਹ ਜਦੋਂ ਕਾਲਜ ਦੇ ਵਿੱਚ ਪੜ੍ਹਦੇ ਸੀਗੇ ਉਦੋਂ ਤੋਂ ਹੀ ਉਹ ਕਾਂਗਰਸ ਪਾਰਟੀ ਦੇ ਨਾਲ ਜੁੜੇ ਹੋਏ ਨੇ ਤੇ ਜਦੋਂ ਸਭ ਤੋਂ ਪਹਿਲੀ ਵਾਰੀ ਐਮਸੀ ਬਣੇ ਨੇ ਕਾਉਂਸਲਰ ਬਣੇ ਨੇ ਫਿਰ ਉੱਥੇ ਖੰਨੇ ਨਗਰ ਕਾਉਂਸਲ ਦੇ ਪ੍ਰਧਾਨ ਬਣੇ ਨੇ ਐਮਐਲਏ ਬਣੇ ਨੇ ਮੰਤਰੀ ਬਣੇ ਨੇ ਲੋਕ ਸਭਾ ਮੈਂਬਰ ਬਣੇ ਨੇ ਰਾਜ ਸਭਾ ਮੈਂਬਰ ਬਣੇ ਨੇ ਉਹ ਉਹ ਡੰਟੋ ਰੀ ਕਾਂਗਰਸ ਪਾਰਟੀ ਨਾਲ ਖੜੇ ਨੇ ਉਹ ਬਹੁਤ ਵਿਵਾਕੀ ਨਾਲ ਗੱਲ ਕਰਨ ਵਾਸਤੇ ਜਾਣੇ ਜਾਂਦੇ ਨੇ ਜੇਕਰ ਉਹ ਚਾਹੇ ਉਹਨਾਂ ਦੇ ਮੂਹਰੇ ਕੋਈ ਵਰਕਰ ਹੋਵੇ ਚਾਹੇ ਕੋਈ ਵੱਡਾ ਲੀਡਰ ਹੋਵੇ ਜੇ ਉਹਨਾਂ ਨੇ ਉਹਨਾਂ ਨੂੰ ਲੱਗਦਾ ਕਿ ਇਹ ਗਲਤ ਕੰਮ ਆ ਉਹਦੇ ਮੂੰਹ ਪਰ ਕਹਿੰਦਾ ਵੀ ਇਹ ਕੰਮ ਮੈਂ ਨਹੀਂ ਕਰ ਸਕਦਾ ਮੈਂ ਕਿਸੇ ਨੂੰ ਫੋਨ ਨਹੀਂ ਕਰਦਾ ਉਹਨਾਂ ਦੀ ਇੱਕ ਬਹੁਤ ਵੱਡੀ ਕਾਬਲੀਅਤ ਆ ਕਿ ਜਿਹੜੀ ਗੱਲ ਕਹਿੰਦੇ ਆ ਉਹ ਹਿੱਕ ਠੋਕ ਕੇ ਕਹਿੰਦੇ ਆ ਜੇ ਕਿਸੇ ਅਫਸਰ ਨੂੰ ਵੀ ਕਹਿੰਦਾ ਜਾਇਜ਼ ਕੰਮ ਹੋਵੇ ਉਹ ਨਹੀਂ ਕਰਦਾ ਤਾਂ ਉਹਨਾਂ ਨੂੰ ਵੀ ਘੂਰਦੇ ਨੇ ਇਸ ਕਰਕੇ ਅੱਜ ਜਦੋਂ ਕਾਂਗਰਸ ਦੀ ਜਿਹੜੀ ਪੋਜੀਸ਼ਨ ਆ ਪੰਜਾਬ ਦੇ ਵਿੱਚ ਬਹੁਤ ਪਤਲੀ ਹੋਈ ਆ ਕਾਂਗਰਸ ਦੀ ਧੜੇਬੰਦੀ ਚੱਲ ਰਹੀ ਆ ਅੱਜ ਉਹੀ ਵਿਧਾਇਕ ਉਹੀ ਮੰਤਰੀ ਜਿਹੜੇ ਕੈਪਟਨ ਮਰਿੰਦਰ ਸਿੰਘ ਦੀਆਂ ਸ਼ਿਫਤਾਂ ਦੇ ਗੁਣ ਗਾਉਂਦੇ ਸਨ ਉਹਨਾਂ ਦੇ ਗੋਗੇ ਪੜਦੇ ਸਨ ਉਹਨਾਂ ਦੇ ਸੋਲੇ ਪੜਦੇ ਸਨ ਅੱਜ ਉਹ ਕੈਪਟਨ ਮਰਿੰਦਰ ਸਿੰਘ ਦੇ ਖਿਲਾਫ ਬੋਲ ਰਹੇ ਨੇ ਜਦ ਕਿ ਪ੍ਰਤਾਪ ਸਿੰਘ ਬਾਜਵਾਜਾ ਸ਼ਮਸ਼ੀਰ ਸਿੰਘ ਦੁੱਲੋਂ ਕੁਝ ਕੁ ਲੀਡਰ ਇਹ ਜਿਹੇ ਸੀਗੇ ਜਿਹੜੇ ਪਹਿਲਾਂ ਇਤੇ ਉਹਨਾਂ ਦੀਆਂ ਜਿਹੜੀਆਂ ਗਲਤੀਆਂ ਈਆਂ ਉਹਨਾਂ ਨੂੰ ਚਿਤਾਰਦੇ ਰਹੇ ਨੇ ਉਹਨਾਂ ਨੂੰ ਹਾਈ ਕਮਾਂਡ ਨੂੰ ਦੱਸਦੇ ਰਹੇ ਨੇ ਜਾਂ ਉਹਨਾਂ ਦੀ ਆਲੋਚਨਾ ਕਰਦੇ ਰਹੇ ਨੇ ਕੈਪਟਨ ਜਿਹੜੇ ਅੱਜ ਉੱਥੇ ਜਾ ਕੇ ਦਿੱਲੀ ਦਰਬਾਰ ਦੇ ਵਿੱਚ ਆਪਣੇ ਰੋਣਾ ਰੋ ਰਹੇ ਨੇ ਆਪਣੇ ਪੱਲਾ ਚੱਕ ਕੇ ਢਿੱਡ ਦਿਖਾ ਰਹੇ ਨੇ ਆਪਣਾ ਢਿੱਡ ਹੌਲੇ ਕਰਕੇ ਆ ਰਹੇ ਨੇ ਉਹ ਉਦੋਂ ਇਹ ਸਾਰੇ ਲੀਡਰਸ਼ਿਪ ਚੁੱਪ ਰਹੀ ਪਰ ਉਦੋਂ ਸ਼ਮਸ਼ੇਰ ਸਿੰਘ ਦੁੱਲੋਂ ਜਾਂ ਪ੍ਰਤਾਪ ਸਿੰਘ ਬਾਜਬਈ ਬੋਲਦੇ ਰਹੇ ਨੇ ਕਿ ਸਾਡੀ ਪਾਰਟੀ ਦੇ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਆ ਇਹ ਇਹ ਕੰਮ ਨਹੀਂ ਹੋ ਰਿਹਾ ਚਾਹੇ ਉਹਦੇ ਵਿੱਚ ਉਹ ਸ਼ਰਾਬ ਮਾਫੀਆ ਦਾ ਮੁੱਦਾ ਚੱਕਦੇ ਰਹੇ ਨੇ ਚਾਹੇ ਕੇਵਲ ਮਾਫੀਆ ਦਾ ਚਾਹੇ ਮੈਨਿੰਗ ਮਾਫੀਆ ਦਾ ਚਾਹੀਏ ਐਸਸੀ ਸਕਾਲਰਸ਼ਿਪ ਦਾ ਮੁੱਦਾ ਹੋਵੇ ਇਹ ਸਾਰੀਆਂ ਗੱਲਾਂ ਚੱਕਦੇ ਰਹੇ ਨੇ ਅੱਜ ਵੀ ਉਹਨਾਂ ਨੇ ਜਦ ਹੀ ਗੱਲਾਂ ਜਦੋਂ ਰੋਹਲ ਗਾਂਧੀ ਨੂੰ ਮਿਲ ਕੇ ਆਏ ਨੇ ਉੱਥੇ ਵੀ ਉਹਨਾਂ ਨੂੰ ਇਹੀ ਗੱਲ ਕਹੀ ਕਿ ਪਾਰਟੀ ਹਾਈ ਕਮਾਂਡ ਆ ਜਿਹੜੀ ਹਮੇਸ਼ਾ ਇਹੀ ਗੱਲ ਕਹਿੰਦੀ ਰਹੀ ਹੈ ਕਿ ਪਾਰਟੀ ਦੇ ਜਿਹੜੇ ਟਕਸਾਲੀ ਵਰਕਰ ਨੇ ਟਕਸਾਲੀ ਆਗੂ ਨੇ ਉਹਨਾਂ ਦਾ ਮਾਣ ਸਨਮਾਨ ਹੋਊਗਾ ਜਿਹੜੇ ਬਾਹਰੋਂ ਬੰਦੇ ਆਉਂਦੇ ਨੇ ਉਹਨਾਂ ਨੂੰ ਲਾਈਨ ਵਿੱਚ ਲਾਇਆ ਜਾਊਗਾ ਆ ਉਹੀ ਗੱਲ ਉਹਨਾਂ ਨੇ ਅੱਜ ਉੱਥੇ ਕਹੀ ਹੈ ਕਿ ਜਦੋਂ ਤੁਸੀਂ ਇਹ ਗੱਲ ਕਹਿੰਦੇ ਨੇ ਕਿ ਜਿਹੜੇ ਦਲ ਬਦਲੂਗਾ ਉਹਨਾਂ ਨੂੰ ਲਾਈਨ ਵਿੱਚ ਲਾਇਆ ਜਾਊਗਾ ਤਾ ਉਹਨਾਂ ਨੂੰ ਲਾਈਨ ਵਿੱਚ ਲਾਇਆ ਜਾਣਾ ਚਾਹੀਦਾ ਹੈ ਜਿਹੜੇ ਪਾਰਟੀ ਦੇ ਪੁਰਾਣੇ ਆਗੂ ਨੇ ਟਕਸਾਲੀ ਆਗੂ ਨੇ ਉਹਨਾਂ ਦੇ ਸਿਰ ਤੇ ਨਹੀਂ ਬਿਠਾਇਆ ਜਾਣਾ ਚਾਹੀਦਾ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਿਹੜੇ ਕੈਪਟਨ ਮਰਿੰਦਰ ਸਿੰਘ ਆ ਉਹ ਉਹਨਾਂ ਤੋਂ ਜੂਨੀਅਰ ਨੇ ਤੇ ਦਲ ਬਦਲੂ ਨੇ ਦਲ ਬਦਲੂ ਇਸ ਕਰਕੇ ਉਹਨਾਂ ਨੇ ਕਿਹਾ ਕਿ ਇਹ ਪਹਿਲਾਂ ਅਕਾਲੀ ਦਲ ਵਿੱਚ ਰਹੇ ਨੇ ਅਕਾਲੀ ਦਲ ਤੋਂ ਫਿਰ ਉੱਤੇ ਉਹਨਾਂ ਦਾ ਥੋੜਾ ਦੇ ਟਕਰਾ ਹੋਈ ਸੁਖ ਵੀ ਆਪਣੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨਾਲ ਫਿਰ ਇਹਨੇ ਇੱਕ ਪੰਥਕ ਮੋਰਚਾ ਬਣਾਇਆ ਸੀਗਾ ਮੇਰੇ ਯਾਦ ਆ ਉਦੋਂ ਜਦੋਂ ਅਸੀਂ ਪੜ੍ਹਦੇ ਸੀਗੇ ਇਹ ਆਪਣੇ ਇਸ ਖਰੜ ਹਲਕੇ ਤੋਂ ਹੀ ਇਹਨਾਂ ਦਾ ਚੋਣ ਨਿਸ਼ਾਨ ਨਗਾਰਾ ਹੁੰਦਾ ਸੀਗਾ ਤੇ ਨਾਲ ਦੀ ਨਾਲ ਜਿਹੜੇ ਰਵਿੰਦਰ ਸਿੰਘ ਦੁੰਮਣ ਆ ਪੰਜਾਬੀ ਤਾਂ ਸਭ ਦੇ ਸਾਬਕਾ ਸਪੀਕਰ ਆ ਸਾਡੇ ਮਰਿੰਡੇ ਹਲਕੇ ਦੇ ਆ ਉਦੋਂ ਮਰਿੰਡਾ ਹਲਕਾ ਹੁੰਦਾ ਸੀ ਉਦੋਂ ਦਾ ਪਿੰਡ ਉਹਨਾਂ ਦਾ ਚੋਣ ਨਿਸ਼ਾਨ ਨਗਾਰਾ ਸੀਗਾ ਪਰ ਇਹ ਹਾਰ ਗਏ ਸੀਗੇ ਚਲੋ ਇਹ ਇਸ ਕਰਕੇ ਉਹ ਲੱਗ ਰਿਹਾ ਕਿ ਦੁਬਾਰਾ ਜਿਹੜੇ ਪਾਰਟੀ ਦੇ ਵਿੱਚ ਆਏ ਨੇ ਇਹ ਖੁਦ ਦਲ ਬਦਲੂ ਨੇ ਬਾਰ ਬਾਰ ਹੋਰ ਆਗੂ ਆ ਜਿਹੜੇ ਕਈ ਆਗੂ ਨੇ ਜਿਹੜੇ ਕਾਂਗਰਸ ਦੇ ਵਿੱਚ ਆਏ ਹੋਏ ਨੇ ਉਦੋਂ ਜਿਹੜੇ ਕਾਂਗਰਸ ਨੂੰ ਭੰਡਦੇ ਰਹੇ ਨੇ ਜਾਂ ਕਾਂਗਰਸ ਦੇ ਖਿਲਾਫ ਚੱਲਦੇ ਰਹੇ ਨੇ ਘੱਟੋ-ਘੱਟ ਉਹ ਲੋਕ ਨੇ ਜਿਹੜੇ ਇੱਕ ਜਿਹੜੇ ਸੋ ਕਾਲ ਜਿਹੜੀਆਂ ਪੰਚਤਕ ਧਿਰਾਂ ਤੇ ਜਾਂ ਗਰਮ ਖਿਆਲੀ ਤੇ ਉਹਨਾਂ ਨਾਲ ਜੁੜੇ ਹੋਏ ਤੇ ਅੱਜ ਉਹ ਕਾਂਗਰਸ ਦੇ ਵਿੱਚ ਸ਼ਾਮਲ ਨੇ ਇਸ ਕਰਕੇ ਕਿਤਨਾ ਕਿਤੇ ਜਿਹੜੇ ਅਸਲੀ ਕਾਂਗਰਸੀ ਤੇ ਉਹ ਘਰਾਂ ਦੇ ਵਿੱਚ ਬੈਠੇ ਨੇ ਜਾਂ ਨਾਰਾਜ਼ ਹੋਏ ਬੈਠੇ ਨੇ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਜਿਵੇਂ ਕਿ ਹੁਣ ਹੁਣ ਤੁਹਾਡੇ ਜਾ ਦੂੰਗਾ ਵੀ ਸੁਖ ਆਪਣੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਦਾ ਭਰਾ ਹੈ ਜਿਹੜਾ ਫਤਿਹਜੰਗ ਬਾਜਵਾ ਸੀਗਾ ਉਹਦੇ ਬੇਟੇ ਨੂੰ ਨੌکریاں ਮਿਲੀਆਂ ਉਹਨਾਂ ਨੇ ਹਾਲਾਂਕਿ ਕੱਲ ਸੈਟੀਸਫਾਈ ਕਰਨ ਦਾ ਕੋਸ਼ਿਸ਼ ਕੀਤੀ ਕਿ ਬਹੁਤ ਸਾਰੇ ਲੋਕਾਂ ਨੂੰ ਮਿਲੀਆਂ ਸਾਨੂੰ ਨਹੀਂ ਮਿਲ ਜੇ ਸਾਨੂੰ ਮਿਲ ਗਿਆ ਰੌਲਾ ਪਾਇਆ ਹੁੰਦਾ ਮੁੰਡੇ ਨੇ ਵੀ ਗੱਲ ਕੀਤੀ ਹੈ ਹਨਾ ਪਰ ਕਿੰਨੇ ਕਿ ਲੋਕਾਂ ਨੂੰ ਬਿਲੀਆਂ ਕਾਂਗਰਸ ਦੇ ਜੇ ਦੇਖੀਏ ਜੇ ਉਹਨਾਂ ਨੂੰ ਇਸੇ ਕਰਕੇ ਮਿਲਿਆ ਨਾ ਵੀ ਉਹ ਕਾਂਗਰਸ ਦੇ ਵਿੱਚ ਵੱਡੇ ਕਦਮ ਪਰ ਬੈਠੇ ਨੇ ਹਾਲਾਂਕਿ ਉਹਨਾਂ ਦੇ بیٹے ਨੇ ਕਿਹਾ ਕਿ ਮੈਂ ਇੱਕ ਜੇ ਮੈਨੂੰ ਆਈਜੀ ਦੀ ਕੁਰਸੀ ਮਿਲਦੀ ਮੈਂ ਉਹ ਵੀ ਨਾ ਲੈਂਦਾ ਇਸ ਕੁਰਸੀਆਂ ਪਿੱਛੇ ਆਪਣੇ ਦਾਦੇ ਦੀ ਸ਼ਹਾਦਤ ਪਿੱਛੇ ਅਜੇਹੇ ਜੇ ਮੈਂ ਹਜ਼ਾਰ ਜਿਹੜੇ ਅਹੁਦੇ ਆ ਉਹ ਕੁਰਬਾਨ ਕਰ ਸਕਦਾ ਜਦਕਿ ਉਹ ਇਸ ਗੱਲ ਨੂੰ ਵੀ ਭੁੱਲ ਕੇ ਕਿ ਉਹਨਾਂ ਦੀ ਜਿਹੜੀ ਵੱਡੀ ਭੈਣ ਆ ਉਹ ਵੀ ਏਜੀ ਦਫ਼ਤਰ ਦੇ ਵਿੱਚ ਲੱਗੇ ਹੋਇਆ ਐਡੀਸ਼ਨਲ ਐਡਵੋਕੇਟ ਜਨਰਲ ਹੈ ਨੇ ਪਰ ਚਲੋ ਆਪਾਂ ਛੱਡੋ ਇਹਥੇ ਗੱਲ ਨੂੰ ਕਿਉਂਕਿ ਉਹ ਫਾਦਰ ਟੈਂਪਿੰਗ ਹੁੰਦਾ ਜਿੰਨੀ ਦੇ ਸਰਕਾਰ ਹੈਗੀ ਆ ਉੰਨੀ ਦੇਰ ਉਹ ਏਜੀ ਦੱਸਦਾ ਪਰ ਉਹਨਾਂ ਦੇ ਨਾਲ ਦੀ ਨਾਲ ਆਪਣੀ ਪਾਰਟੀ ਦੇ ਜਿਹੜੇ ਹੋਰ ਆਗੂ ਤੇ ਉਹਨਾਂ ਦਾ ਵੀ ਉਹਨਾਂ ਨੇ ਇੱਕ ਦਿਨ ਪੱਲਾ ਜਿਹੜਾ ਚੱਕਿਆ ਤੇ ਰੇਪਤੇ ਦੇ ਦਰਬਾਰਜਾ ਤੇ ਹਮਲਾ ਬੋਲਿਆ ਸੁੱਖ ਸਰਕਾਰੀਆਂ ਤੇ ਬੋਲਿਆ ਪਾਰਟੀ ਦੇ ਪ੍ਰਧਾਨ ਆ ਜਿਹੜੇ ਸੁਨੀਲ ਜਾਖੜ ਤੇ ਵੀ ਹਮਲਾ ਬੋਲਿਆ ਕਿ ਉਹਨਾਂ ਦੇ ਲੱਗੇ ਕਿ ਇਹ ਇੱਕ ਤਰ੍ਹਾਂ ਦੀ ਗੱਲ ਆ ਕਿ ਕਿਵੇਂ ਸਾਰੀ ਪਾਰਟੀ ਦੇ ਵਿੱਚ ਭਾਈ ਭਤੀਜਾਵਾ ਚੱਲਦਾ ਜਿਹੜੇ ਆਮ ਵਰਕਰ ਨੇ ਆਮ ਲੋਕ ਨੇ ਜਿਹੜੇ ਪਾਰਟੀਆਂ ਦੇ ਨਾਲ ਸਦਾ ਤੋਂ ਚੱਲੇ ਆ ਰਹੇ ਨੇ ਜਿਹੜੇ ਦਰਿਆ ਚੱਕਦੇ ਆ ਰਹੇ ਨੇ ਪਾਰਟੀ ਸਮੇਂ ਔਖੇ ਸਮੇਂ ਕੰਮ ਕੀਤਾ ਨਾਰੇबाजी ਕੀਤੀ ਆ ਸੜਕਾਂ 'ਤੇ ਜਾਮ ਲਾਇਆ ਪੁਲਸਾਂ ਦੇ ਡੰਡੇ ਖਾਦੇ ਆ ਦੂਜੀਆਂ ਪਾੜਿਆ ਉਹਨਾਂ ਦੇ ਲੋਕਾਂ ਦੇ ਪੱਲੇ ਕੁਝ ਨਹੀਂ ਪਿਆ ਬਹੁਤ ਸਾਰੇ ਅਜਿਹੇ ਲੋਕ ਨੇ ਇਸ ਕਰਕੇ ਸ਼ਮਸ਼ੇਰ ਸਿੰਘ ਦੁੱਲੋਂ ਉਹਨਾਂ ਲੋਕਾਂ ਦੀ ਗੱਲ ਕਰਦੇ ਨੇ ਉਹਨਾਂ ਲੋਕਾਂ ਦੀ ਜਵਾਨ ਬਣਦੇ ਨੇ ਜਿਹੜੇ ਲੋਕ ਸੜਕਾਂ 'ਤੇ ਬੈਠ ਨੇ ਜਿਨ੍ਹਾਂ ਦੀ ਕੋਈ ਗੱਲ ਕਰਨ ਵਾਲਾ ਨਹੀਂ ਦੁੱਲੂ ਸਾਹਿਬ ਉਹਨੇ ਉਹਨਾਂ ਦੀ ਗੱਲ ਕੀਤੀ ਆ ਇਸ ਕਰਕੇ ਉਹਨਾਂ ਨੇ ਕਿਹਾ ਕਿ ਸਾਡੀ ਪਾਰਟੀ ਦੇ ਵਿੱਚ ਜੇ ਮੁੱਖ ਮੰਤਰੀ ਬਣੇ ਨੇ ਮੈਂ ਉਹ ਤੋਂ ਸੀਨੀਅਰ ਆ ਪਰ ਉਹਨਾਂ ਦਾ ਕਸੂਰ ਨਹੀਂ ਕਸੂਰ ਤਾਂ ਕਿਤੇ ਨਾ ਕਿਤੇ ਉਹਦੇ ਪਾਰਟੀ ਹਾਈ ਕਮਾਂਡ ਦਾ ਯਾਰ ਅੱਜ ਕਿੰਨੇ ਕੁ ਲੋਕ ਨੇ ਜਿਹੜੇ ਪਾਰਟੀ ਹਾਈ ਕਮਾਂਡ ਦੇ ਖਿਲਾਫ ਬੋਲਨੇ ਜਾਂ ਪਾਰਟੀ ਹਾਈ ਕਮਾਂਡ ਨੂੰ ਕਿਹਾ ਕਿ ਪਾਰਟੀ ਹਾਈ ਕਮਾਂਡ ਦਾ ਕਸੂਰ ਆ ਜੇ ਉਹ ਕਿਹਾ ਤਾਂ ਉਹ ਇਕੱਲੇ ਸ਼ਮਸ਼ੀਰ ਸੀ ਦੁੱਲੂ ਨੇ ਹੀ ਕਿਹਾ ਬਹੁਤ ਵੱਡੀ ਗੱਲ ਹੈ ਇਹ ਕਹਿਣੀ ਜਦੋਂ ਪਾਰਟੀ ਹਾਈ ਕਮਾਂਡ ਦੇ ਖਿਲਾਫ ਬੋਲਣਾ ਹੋਵੇ ਤੇ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਕਰ ਜੈ ਸਿੰਘ ਚਿਬਰ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਕਿ ਜੰਮੂ ਕਸ਼ਮੀਰ ਨੂੰ ਦੁਬਾਰਾ ਫਿਰ ਤੋਂ ਜਿਹੜੇ ਵਿਸ਼ੇਸ਼ ਅਧਿਕਾਰ ਨੇ ਮਿਲ ਸਕਦੇ ਨੇ ਦੁਬਾਰਾ ਉਹੀ ਰੁਤਬਾ ਵੱਖਰੇ ਰਾਜਪਾਲਾ ਬਰਕਰਾਰ ਹੋ ਸਕਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਕਹਿਣਾ ਹੈ ਜਦੋਂ ਬੀਤੇ ਕੱਲ ਉਹਨਾਂ ਨੇ ਜੰਮੂ ਕਸ਼ਮੀਰ ਦੇ ਜਿਨ੍ਹਾਂ ਨੂੰ ਕੱਟੜ ਆਗੂ ਮੰਨਿਆ ਜਾਂਦਾ ਸੀ ਕੱਟੜਪੰਥੀ ਮੰਨਿਆ ਜਾਂਦਾ ਸੀ ਉਹਨਾਂ ਆਗੂਆਂ ਦੇ ਨਾਲ ਜਿਹੜੀ ਪਿਆਰ ਭਰੀ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਔਰ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਜੰਮੂ ਕਸ਼ਮੀਰ ਦੇ ਲਈ ਜਿਹੜੇ ਭਾਜਪਾ ਦੇ ਟੇਬਰ ਨੇ ਉਹ ਥੋੜੇ ਨਰਮ ਹੋਏ ਨੇ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਲੈ ਕੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਪੰਜਾਬ ਸਟਾਰ ਟੀਵੀ ਧੰਨਵਾਦ